ਥਰਡ ਜਿਹੜਾ ਸੀ ਨਾ, ਥਰਡ ਨੇ ਮਜ਼ਾ ਬਣਤਾ। ਆ ਇੱਕ ਅਰਥਵੇਕ ਆਇਆ ਜਿਹਦੇ ਨਾਲ ਉਹ ਡਿਸਟਰੋਏ ਹੋ ਗਿਆ ਪਤਾ। ਵਾਈਬ ਬੜੀ ਵਧੀਆ ਯਾਰ, ਮਜ਼ਾ ਬੜਾ ਆਉਂਦਾ। ਇੱਥੇ ਤਿੰਨ ਫੋਲਸ ਹੈਗੇ, ਇੱਕ ਥੱਲੇ ਆ, ਇਸ ਲਈ ਇਹਦਾ ਨਾਂ ਐਲੀਫੈਂਟ ਫੋਲਸ ਰੱਖਦਾ। ਮਜ਼ਾ ਆਏਗਾ, ਮਜ਼ਾ ਆਏਗਾ। ਹੁਣ ਆਪਾਂ ਚੱਲੇ ਹਾਂ ਦੂਜੇ ਸਟੋਪ 'ਤੇ, ਉੱਥੇ ਪਹੁੰਚ ਕੇ ਤੁਹਾਨੂੰ ਦੱਸਾਂਗੇ ਕਿੱਥੇ ਚੱਲੇ ਹਾਂ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇੱਥੇ ਹਰ ਚੀਜ਼ ਦੀ ਟਿਕਟ ਆ, ਐਲੀਫੈਂਟ ਫੋਲਸ ਆਏ ਹਾਂ, ਸੈਕਿੰਡ ਜਿਹੜਾ ਸਟੋਪ ਹੈਗਾ ਸੀ ਉਹਦੀ ਵੀ ਟਿਕਟ ਆ, ਇਹ ਦੇਖੋ। ਅਤੇ ਇੱਥੇ ਵੇਖੀਏ ਤਾਂ ਦੁਕਾਨਾਂ ਹੈਗੀਆਂ ਵਾ ਕਾਫੀ, ਆ ਮਤਲਬ ਲੋਕਲ ਸਮਾਨ ਜਿਹਾ ਸ਼ਾਇਦ ਲੱਗਾ ਹੋਏਗਾ, ਇੱਥੋਂ ਦੇਖਦੇ ਸਮਾਨ ਲੈ ਕੇ ਜਾਣ ਲੱਗਿਆ। ਬਾਕੀ ਆਹ ਰਸਤਾ ਜਾਂਦਾ ਵਾ, ਇੱਥੇ ਵੀ ਹੋਏਗਾ ਫੋਟੋਗ੍ਰਾਫਡ ਇਨ ਟ੍ਰੈਡੀਸ਼ਨਲ ਖਾਸੀ ਅਟਾਇਰ, ਇਹ ਮੋਸਟਲੀ ਸਾਰੇ ਕਿਤੇ ਹੀ ਹੋਏਗਾ। ਆਪਾਂ ਪਹੁੰਚ ਗਏ ਹਾਂ ਐਲੀਫੈਂਟ ਫੋਲਸ, ਵਾਟਰਫੋਲ ਹੈਗਾ ਏ ਐਲੀਫੈਂਟ ਫੋਲਸ, ਅਤੇ ਆਹ ਲਾਗੇ ਲਿਖਿਆ ਹੀ ਹੋਇਆ ਉਹਦੀ ਸਾਰੀ ਹਿਸਟਰੀ। ਅਤੇ ਉੱਦਾਂ ਮੈਂ ਤੁਹਾਨੂੰ ਦੱਸ ਦਿੰਦਾ, ਇਹਦਾ ਨਾਂ ਐਲੀਫੈਂਟ ਫੋਲਸ ਤਾਂ ਪਿਆ ਵਾ ਕਿਉਂਕਿ ਇੱਥੇ ਨਾ ਇੱਕ ਪੱਥਰ ਹੁੰਦਾ ਸੀ ਜਿਹਦੀ ਸ਼ੇਪ ਬਣੀ ਹੁੰਦੀ ਸੀ ਐਲੀਫੈਂਟ ਵਰਗੀ, ਅਤੇ ਆਹ ਝਰਨਾ ਤਾਂ ਹੈ ਹੀ ਐਲੀਫੈਂਟ ਵਰਗੀ ਸ਼ੇਪ ਬਣੀ ਹੋਈ ਸੀ, ਇਸ ਲਈ ਇਹਦਾ ਨਾਂ ਐਲੀਫੈਂਟ ਫੋਲਸ ਰੱਖਦਾ। ਪਰ 1897 ਵਿੱਚ ਇੱਕ ਅਰਥਵੇਕ ਆਇਆ ਜਿਹਦੇ ਨਾਲ ਉਹ ਡਿਸਟਰੋਏ ਹੋ ਗਿਆ ਪੱਥਰ, ਪਰ ਨਾਮ ਉਹਦਾ ਐਲੀਫੈਂਟ ਫੇਲਸ ਹੀ ਆ ਅਤੇ ਐਲੀਫੈਂਟ ਫੋਲਸ ਹੀ ਆ ਨਾਮ ਉਹਦਾ, ਅਤੇ ਪਬਲਿਕ ਅਟਰੈਕਸ਼ਨ ਆ, ਤੁਸੀਂ ਵੇਖ ਹੀ ਸਕਦੇ ਕਿ ਕਿੰਨੇ ਟੂਰਿਸਟ ਇੱਥੇ ਆਉਂਦੇ ਨੇ। ਅਤੇ ਤਿੰਨ ਫੋਲਸ ਹੈਗੇ, ਇੱਕ ਥੱਲੇ ਆ, ਦੂਜਾ ਅਤੇ ਤੀਜਾ ਉੱਧਰਲੇ ਪਾਸੇ ਆ, ਇੱਧਰਲੇ ਪਾਸੇ। ਇੱਕ ਤਾਂ ਝਰਨਾ ਇੱਥੇ ਹੀ ਆ ਜਿਹੜਾ ਨਜ਼ਰ ਆਉਂਦਾ, ਸੋਹਣਾ ਤਾਂ ਆ ਵੀ ਬੜਾ ਲੱਗਦਾ। ਥੱਲੇ ਜਾਂਦਾ ਇੱਥੇ ਵਧੀਆ ਲੱਗਣ ਦਿਆ ਨਾ, ਇੱਥੇ ਤਾਂ ਵਧੀਆ ਲੱਗਣ ਦੇ। ਥੱਲੇ ਜਾ ਕੇ ਵੀ ਵੇਖਦੇ ਥੱਲੇ ਕੀ ਹੈਗਾ ਵਾ, ਫਸਟ ਵਾਟਰਫਾਲ ਵੇਖ ਹੀ ਲਿਆ ਵਾ ਤੁਸੀਂ ਵੀ। ਹੁਣ ਆਪਾਂ ਚੱਲਦੇ ਹਾਂ ਸੈਕਿੰਡ ਅਤੇ ਥਰਡ, ਜੋ ਕਿ ਉੱਧਰਲੇ ਪਾਸੇ ਥੱਲੇ ਜਾਣਾ ਪੈਣਾ। ਆ ਜਾਓ ਇੱਧਰੋਂ ਥੱਲੇ ਜਾਣਾ ਪੈਣਾ। ਹਾਂਜੀ, ਉਹ ਉੱਧਰਲੇ ਪਾਸਿਓਂ ਥੱਲੇ ਜਾਣਾ ਪੈਣਾ ਵਾ, ਇੱਥੇ ਫੋਟੋ ਖਿੱਚੀਏ ਫਿਰ ਆਪਾਂ ਥੱਲੇ ਜਾਂਦੇ ਹਾਂ। ਫਸਟ ਫਾਲ ਹੋ ਗਿਆ, ਸੈਕਿੰਡ ਫਾਲ ਵੇਖਣ ਚੱਲੇ ਹਾਂ, ਉਸ ਤੋਂ ਬਾਅਦ ਥਰਡ ਵੀ ਥੱਲੇ ਹੀ ਆ ਅਤੇ ਉੱਧਰ ਜਾਵਾਂਗੇ। ਰਸਤਾ ਬੜਾ ਵਧੀਆ ਇੱਥੋਂ ਤਾਂ ਨਾ, ਥੋੜ੍ਹਾ ਆ ਪੌੜੀਆਂ ਉੱਦਾਂ ਦੀਆਂ ਹੈਗੀਆਂ ਕਿ ਥੱਲੇ ਜਾਈਏ ਬਸ। ਹੋਰ ਰਸਤਾ ਵੇ ਕਿੱਦਾਂ ਦਾ ਜਾਂਦਾ ਸੀ ਮੈਂ, ਆ ਰਸਤਾ ਵਧੀਆ ਜਾਂਦੇ। ਹੇਅਰ ਵੀ ਆਰ ਗੋਇੰਗ ਟੂ ਸੈਕਿੰਡ ਫਾਲਸ, ਜਿੱਥੇ ਆਈ ਥਿੰਕ ਹੋਰ ਵਧੀਆ ਹੋਏਗਾ ਲੱਗ, ਕਿਉਂਕਿ ਮੈਂ ਵੀਡੀਓ 'ਚ ਦੇਖਿਆ ਸੀ ਲਾਗੇ ਵੀ ਜਾ ਸਕਦੇ ਆਪਾਂ, ਇਹ ਤਾਂ ਦੂਰ ਹੀ, ਅੱਗੇ ਜਾ ਕੇ ਦੇਖਦੇ ਹਾਂ ਲਾਗੇ ਦਾ ਵੀ ਹੋਏਗਾ ਸ਼ਾਇਦ। ਆਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਸੈਕਿੰਡ ਫਾਲਸ, ਇਹ ਵੀ ਥੋੜ੍ਹਾ ਦੂਰ ਹੀ ਆ, ਲਾਗੇ ਨਹੀਂ ਜਾ ਸਕਦੇ, ਪਾਣੀ ਨੂੰ ਟੱਚ ਨਹੀਂ ਕਰ ਸਕਦੇ। ਥਰਡ ਜਿਹੜਾ ਹੋਰ ਲਾਗੇ ਹੋਏਗਾ, ਪਰ ਵਾਈਬ ਬੜੀ ਵਧੀਆ ਯਾਰ, ਮਜ਼ਾ ਬੜਾ ਆਉਂਦਾ ਇੱਥੇ। ਠੰਡਾ ਮੌਸਮ ਹੋ ਗਿਆ ਵਾ ਇੱਥੇ ਆ ਕੇ, ਵੈਸੇ ਠੰਡ ਹੋ ਗਈ, ਉੱਦਾਂ ਵੀ ਉੱਪਰ ਬੱਦਲ ਹੋ ਗਿਆ ਵਾ, ਅਤੇ ਮਤਲਬ ਜੇ ਬਾਰਿਸ਼ ਹੁੰਦੀ ਹੋਏਗੀ ਨਾ ਇੱਥੇ ਤਾਂ ਬਹੁਤ ਠੰਡਾ ਹੁੰਦਾ ਹੋਏਗਾ। ਪਰ ਆਹ ਤੁਸੀਂ ਆਪ ਹੀ ਵੇਖ ਸਕਦੇ, ਟੂਰਿਸਟ ਵੇਖ ਸਕਦੇ ਕਿੰਨੇ ਹੈਗੇ, ਬਹੁਤ ਜ਼ਿਆਦਾ ਜਾਣੇ ਘੁੰਮਣ ਆਉਂਦੇ ਵੇਖਣ ਆਉਂਦੇ ਆ, ਪਰ ਪੰਜਾਬੀ ਘੱਟ ਮਿਲਦੇ ਆ, ਮਜ਼ਾ ਆਉਂਦਾ ਇੱਥੇ ਦਾ। ਆਪਾਂ ਥਰਡ ਫੋਲਸ 'ਤੇ ਜਾਣ ਹੀ ਲੱਗੇ ਹਾਂ ਅਤੇ ਤੁਸੀਂ ਆਹ ਵਿਊ ਵੇਖੋ ਥਰਡ ਫੋਲਸ 'ਤੇ ਜਾਣ ਦਾ, ਆਹ ਵੇਖੋ। ਮਤਲਬ ਆਪਾਂ ਨਾਲ ਨਾਲ ਜਾਣਾ ਇਹਦੇ ਥਰਡ ਫੋਲਸ 'ਤੇ ਯਾਰ, ਬੜਾ ਜ਼ਬਰਦਸਤ ਵਿਊ, ਮਜ਼ਾ ਆਏਗਾ ਮਜ਼ਾ ਆਏਗਾ। ਅੱਗੇ ਆਪਾਂ ਵਾਟਰਫਾਲ ਗਏ ਹਾਂ ਮਕਲੋੜਗੰਜ ਭਾਗਸੁਨਾਗ, ਉਸ ਤੋਂ ਬਾਅਦ ਸੈਕਿੰਡ ਟਾਈਮ ਵਾਟਰਫਾਲ 'ਤੇ ਜਾਣ ਲੱਗੇ ਹਾਂ, ਵਾਟਰਫਾਲ ਵੇਖਣ ਦਾ ਮਜ਼ਾ ਆਉਂਦਾ।
ਬਾਕੂਨਾਗ ਤੇ ਆਪਾਂ ਉੱਥੇ ਵਾਟਰਫਾਲ 'ਚ ਨਹਾਤੇ ਵੀ ਹਾਂ, ਜਿਹੜਾ ਮਕਲੋੜਗੰਜ ਹੈਗਾ ਉੱਥੇ ਆਪਾਂ ਵਾਟਰਫਾਲ 'ਚ ਨਹਾਉਂਦੇ ਵੀ ਰਹੇ। ਇੱਥੇ ਮੇਰੀ ਆਵਾਜ਼ ਥੋੜ੍ਹੀ ਘੱਟ ਜਾਏਗੀ ਕਿਉਂਕਿ ਆਵਾਜ਼ ਜਿਹੜੀ ਆ ਪਾਣੀ ਦੀ ਬਹੁਤ ਹੈਗੀ ਆ। ਆਪ ਦੇਖ ਸਕਦੇ ਟੂਰਿਸਟ ਇੱਥੇ ਰੱਸੀ ਲਾਈ ਹੋਈ ਆ ਕਿ ਇਹਦੇ ਤੋਂ ਅੱਗੇ ਨਹੀਂ ਜਾਣਾ, ਉਹ ਵਾਰਨਿੰਗ ਵੀ ਦਿੱਤੀ ਹੋਈ ਆ ਕਿ ਬੇਦਿੰਗ ਇਜ਼ ਪ੍ਰੋਹਿਬਿਟਿਡ, ਨਹਾਉਣਾ ਨਹੀਂ ਆ, ਬੇਦਿੰਗ ਐਂਡ ਸਵਿਮਿੰਗ ਇਜ਼ ਸਟ੍ਰਿਕਟਲੀ ਪ੍ਰੋਹਿਬਿਟਿਡ, ਠੀਕ ਹੈ, ਉਹ ਬੈਨ ਕੀਤਾ ਹੋਇਆ ਵਾ। ਬਟ ਚੈੱਕ ਕਰੋ, ਵਾਓ ਯਾਰ ਇੰਨਾ ਸੋਹਣਾ ਨਾ, ਆ ਚੀਜ਼ ਸਲੋ ਮੋਸ਼ਨ ਵਿੱਚ ਤਾਂ ਇੰਨੀ ਸੋਹਣੀ ਲੱਗਦੀ ਆ ਨਾ, ਤੁਹਾਨੂੰ ਮੈਂ ਸਲੋ ਮੋਸ਼ਨ ਵਿੱਚ ਦਿਖਾਵਾਂਗਾ। ਸੋਚੋ ਮੈਨੂੰ ਤਾਂ ਵੀਡੀਓ 'ਚ ਬੜਾ ਵਧੀਆ ਲੱਗੀ ਜਾਂਦਾ, ਓਰੀਜਨਲ ਸੋਚੋ ਕਿੰਨਾ ਮਜ਼ਾ ਆਉਂਦਾ ਹੈਗਾ, ਬਹੁਤ ਵਧੀਆ ਲੱਗਦਾ। ਆਪਾਂ ਐਨਕਾਂ ਉਨਕਾਂ ਲਾ ਕੇ ਫੋਟੋਆਂ ਖਿੱਚਣ 'ਚ ਜ਼ਿਆਦਾ ਬਿਜ਼ੀ ਹੋ ਗਏ, ਵਲੋਗ ਦਾ ਯਾਦ ਹੀ ਨਹੀਂ ਰਿਹਾ ਕਿ ਵਲੋਗ ਵੀ ਬਣਾਉਂਦੇ। ਇੱਥੇ ਟਾਈਮ ਕਿੱਦਾਂ ਲੰਘ ਜਾਂਦਾ ਨਾ ਪਤਾ ਨਹੀਂ ਲੱਗਣਾ, ਮਤਲਬ ਬੈਠੇ ਹਾਂ ਕਰਨ ਨੂੰ ਕੁਛ ਨਹੀਂ ਹੁੰਦਾ, ਬਸ ਇੱਥੇ ਆ ਕੇ ਫੋਟੋਆਂ ਖਿਚਾਉਣੀਆਂ ਅਤੇ ਆਨੰਦ ਲੈਣਾ, ਵਿਊ ਵੇਖਣਾ, ਉਹਦਾ ਹੀ ਮਜ਼ਾ ਹੈਗਾ। ਮਕਲੋੜਗੰਜ ਆਪਾਂ ਨਹਾਉਂਦੇ ਹਾਂ ਵਾਟਰਫਾਲ 'ਚ, ਇੱਥੇ ਨਹਾਉਣ ਵਾਲਾ ਨਹੀਂ ਹਿਸਾਬ ਹੈਗਾ, ਬਸ ਇੱਥੇ ਇੱਦਾਂ ਹੀ ਮਜ਼ਾ ਆਉਂਦਾ। ਅਜੇ ਗ੍ਰੀਨਰੀ ਥੋੜ੍ਹੀ ਘੱਟ ਆ ਕਿਉਂਕਿ ਉਹ ਦੱਸਣ ਦਿਆ ਸਾਡਾ ਡਰਾਈਵਰ, ਦੱਸਣਾ ਕਹਿੰਦਾ ਅਜੇ ਬਾਰਿਸ਼ਾਂ ਹੋਈਆਂ ਨਹੀਂ ਆ, ਐਰਕੀ ਲੇਟ ਹੋ ਗਈਆਂ ਬਾਰਿਸ਼ਾਂ, ਨਹੀਂ ਤਾਂ ਫਰਵਰੀ ਐਂਡ ਤੱਕ ਮਾਰਚ ਤੋਂ ਪਹਿਲਾਂ ਨਾ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਅਤੇ ਬਿਲਕੁਲ ਗ੍ਰੀਨ ਹੋਇਆ ਹੁੰਦਾ। ਅਜੇ ਆਪਾਂ ਕਿਤੇ ਵੇਖੀਏ ਨਾ ਅਤੇ ਬਰਾਊਨ ਜਿਹਾ ਘਾਹ, ਸੁੱਕਾ ਘਾਹ ਜਿਹੜਾ ਹੁੰਦਾ ਨਾ ਉਹ ਹੈਗਾ, ਉਹ ਕਹਿੰਦਾ ਬਾਰਿਸ਼ਾਂ ਨਹੀਂ ਸਟਾਰਟ ਹੋਈਆਂ ਤਾਂ ਕਰਕੇ ਆ, ਨਹੀਂ ਤਾਂ ਪੂਰਾ ਗ੍ਰੀਨ ਹੁੰਦਾ ਵਾ। ਜਾਣ ਦਾ ਦਿਲ ਤਾਂ ਨਹੀਂ ਕਰਦਾ ਇੱਥੋਂ, ਪਰ ਜਾਣਾ ਕਿਉਂਕਿ ਅੱਗੇ ਵੀ ਦੋ ਕੁ ਜਗ੍ਹਾ ਹੋਰ ਕਵਰ ਕਰਨੀਆਂ ਆਪਾਂ, ਨਹੀਂ ਤਾਂ ਤੁਸੀਂ ਚੈੱਕ ਕਰ ਹੀ ਸਕਦੇ ਇੱਥੋਂ ਜਾਣ ਦਾ ਕੀ ਦਿਲ ਕਰੋ, ਵੇਖਿਓ ਕਿੱਦਾਂ ਆਉਂਦੀ ਹੌਲੀ ਹੌਲੀ, ਕਿੰਨੀਆਂ ਜਗ੍ਹਾ 'ਤੇ ਰੁਕ ਕੇ ਆਉਂਦੀ ਆ, ਦੋ ਬੋੜੀਆਂ ਚੱਕ ਕੇ, ਦੋ ਬੋੜੀਆਂ ਚੜ੍ਹ ਕੇ ਰੁਕ ਜਾਂਦੀ ਆ। ਆ ਜਾ, ਅੱਛਾ ਨਹੀਂ ਬਣਾਉਂਦਾ, ਹਾਂ ਗੁੱਡ ਬੱਚਾ, ਲੇਜ਼ ਖਾ ਕੇ ਨਾਲ ਨਾਲ ਜਾਂਦੇ, ਭੁੱਖ ਵੀ ਲੱਗ ਗਈ ਆ, ਇਸੇ ਲਿਆਂਦੇ। ਆਹ ਸੈਕਿੰਡ ਵਾਟਰਫਾਲ ਫਿਰ ਆ ਗਿਆ ਕਿਉਂਕਿ ਇੱਧਰੋਂ ਹੀ ਆਪਾਂ ਉੱਪਰ ਜਾਣਾ, ਵਧੀਆ ਸੀ ਫਸਟ ਆਪਣੇ ਆਪ 'ਤੇ, ਵਧੀਆ ਸੈਕਿੰਡ ਆਪਣੇ ਆਪ 'ਤੇ ਵਧੀਆ, ਬਟ ਥਰਡ ਜਿਹੜਾ ਸੀ ਨਾ ਥਰਡ ਨੇ ਮਜ਼ਾ ਬਣਤਾ। ਆ ਇੱਧਰੋਂ ਇੱਥੋਂ ਥੱਲੇ ਇਹ ਵਾ ਥਰਡ, ਇੱਥੋਂ ਨਹੀਂ ਇੰਨਾ ਵਧੀਆ ਲੱਗਦਾ, ਖਾਂਦੇ ਹਾਂ ਅਤੇ ਉੱਪਰ ਚੱਲਦੇ ਹਾਂ। ਆਉਂਦਿਆ ਮੂੰਹ ਮੇਰਾ ਸਹੀ ਆਉਂਦਿਆ, ਗੁੱਡ ਵਧੀਆ ਬਣ ਗਿਆ ਮੈਂ ਫੋਟੋਗ੍ਰਾਫਰ ਵੀਡੀਓਗ੍ਰਾਫਰ ਬਲੌਗਰ। ਠੰਡ 'ਚ ਆਈਸਕ੍ਰੀਮ ਖਾਂਦਾ ਮਜ਼ਾ ਹੀ ਲੱਗਦਾ, ਸਵਾਦ ਲੱਗਦੀ ਨਾਲੇ ਯਾਰ, ਇੱਥੋਂ ਦੇ ਲੋਕ ਬੜੇ ਨਾਈਸ ਹੈਗੇ, ਇੱਕ ਸਾਡਾ ਡਰਾਈਵਰ ਹੀ ਬੜਾ ਵਧੀਆ, ਉਹ ਆਪੇ ਕਿੰਨੀਆਂ ਚੀਜ਼ਾਂ ਤੁਹਾਨੂੰ ਆਪੇ ਦੱਸਦੀਆਂ, ਸਰ ਇੱਥੇ ਜਾ ਸਕਦੇ ਉੱਥੇ ਜਾ ਸਕਦੇ, ਮੈਂ ਕਿਹਾ ਇੰਨੇ ਦਿਨ ਨਹੀਂ ਹੈਗੇ, ਬਾਕੀ ਵੇਖਦੇ ਹਾਂ ਕਿੱਥੇ ਕਿੱਥੇ ਜਾਂਦੇ ਹਾਂ, ਪਰ ਬਹੁਤ ਵਧੀਆ ਲੋਕ ਹੈਗੇ ਨੇ, ਹੱਸ ਕੇ ਗੱਲ ਕਰਦੇ ਆ। ਹਾਂ ਇੱਕ ਪ੍ਰੋਬਲਮ ਲੈਂਗੁਏਜ ਦੀ ਥੋੜ੍ਹੀ ਹੈਗੀ ਆ ਕਿ ਹਿੰਦੀ ਵੀ ਘੱਟ ਬੋਲਦੇ ਆ, ਤੋਂ ਜ਼ਿਆਦਾ ਇੰਗਲਿਸ਼ 'ਚ ਹੀ ਗੱਲ ਕਰਨੀ ਪੈਂਦੀ ਆ, ਉਹ ਥੋੜ੍ਹਾ ਹੈਗਾ ਵਾ ਕਿ ਇੱਥੇ ਹਿੰਦੀ ਨਹੀਂ ਘੱਟ ਲੋਕਾਂ ਨੂੰ ਹੁੰਦੀ, ਮਤਲਬ ਹਿੰਦੀ ਘੱਟ ਲੋਕਾਂ ਨੂੰ ਹੁੰਦੀ ਆ। ਕੀਪ ਲੈਫਟ, ਬਾਕੀ ਬੜੀ ਵੋਕ ਕਰਕੇ ਹੁੰਦੇ ਅੱਗੇ ਵਾਧੂ, ਵਧੀਆ ਜਗ੍ਹਾ ਬਣੀ ਹੋਈ ਆ ਅਤੇ ਵਧੀਆ ਨਾ ਇੱਦਾਂ ਨੇਚਰ ਦੇ ਵਿੱਚ ਘੁੰਮਣਾ, ਗ੍ਰੀਨਰੀ ਗ੍ਰੀਨਰੀ ਸਾਰੇ ਪਾਸੇ ਇਹਦੇ ਵਿੱਚ ਘੁੰਮਣਾ।